ਦੋਰਾਹਾ ਦੇ ਇੱਕ ਮੈਰਿਜ ਪੈਲਸ 'ਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ, ਜਿਸ ਦੀ ਹੁਣ ਇੱਕ ਲਾਈਵ ਵੀਡੀਓ ਸਾਹਮਣੇ ਆਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿਵੇਂ ਪਹਿਲਾਂ ਦੋ ਧੜਿਆਂ 'ਚ ਬਹਿਸ ਹੋ ਰਹੀ ਹੈ, ਜਿਸ ਤੋਂ ਬਾਅਦ ਅਚਾਨਕ ਗੋਲੀ ਚੱਲ ਜਾਂਦੀ ਹੈ, ਜਿਸ ਕਾਰਨ ਪੈਲਸ 'ਚ ਹਫੜਾ ਦਫੜੀ ਮੱਚ ਜਾਂਦੀ ਹੈ। ਦੱਸਦੀ ਕਿ ਇਸੇ ਦੌਰਾਨ ਪੈਲਸ 'ਚ ਪੰਜਾਬੀ ਗਾਇਕ ਬੱਬੂ ਮਾਨ ਦਾ ਅਖਾੜਾ ਵੀ ਲੱਗਿਆ ਹੋਇਆ ਸੀ, ਜਿਸ ਦੌਰਾਨ ਇਹ ਗੋਲੀ ਚੱਲੀ ਅਤੇ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ। ਮਰਨ ਵਾਲੇ ਦੋਵੇਂ ਵਿਅਕਤੀ ਅਤੇ ਜ਼ਖਮੀ ਵਿਅਕਤੀ ਲੁਧਿਆਣਾ ਦੇ ਧਾਂਦਰਾ ਇਲਾਕੇ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਅਤੇ ਇਹ ਮਾਮਲਾ ਵੀ ਆਪਸੀ ਰੰਜਿਸ਼ ਦਾ ਦੱਸਿਆ ਜਾ ਰਿਹਾ। ਸਭ ਅਸੀਂ ਦੇ ਦਫ਼ਤਰ ਬੈਠੇ ਹੋਏ ਹਾਂ, ਆਵਾਜ਼ ਆਈ ਬਾਹਰੋਂ, ਹੱਲਾ ਮੱਚਿਆ ਕਿ ਗੋਲੀ ਚੱਲ ਗਈ, ਗੋਲੀ ਕਰੀ, ਮਾਨ ਸਾਹਿਬ ਲੱਗੇ ਹੋਏ ਸੀ। ਅੱਛਾ, ਕਿਹੜੇ ਮਾਨ ਸਾਹਿਬ ਸੀਗੇ? ਬੱਬੂ ਮਾਨ। ਅੱਛਾ ਜੀ, ਬੱਬੂ ਮਾਨ ਸਿੰਗਰ ਆਇਆ ਸੀ, ਵਧੀਆ ਪ੍ਰੋਗਰਾਮ ਚੱਲਦਾ ਹੋਇਆ ਸੀ ਅਤੇ ਸਭ ਆਪਣੇ ਆਪਣੇ ਅਤੇ ਸਾਰੇ ਇੱਕ ਨੰਬਰ ਦੋ ਦੇ ਉੱਪਰ ਜਿਹੜੀ ਅੰਦਰ ਵੈਪਨ ਲੈ ਕੇ ਜਾਣ ਦੀ ਤੁਹਾਡੇ ਕੋਲ ਕੋਈ ਮਨਾਹੀ ਨਹੀਂ ਹੈਗੀ? ਇੱਦਾਂ ਕੋਈ ਬਿਲਕੁਲ ਬੋਰਡ ਲੱਗੇ ਨੇ, 70 ਇੰਸਟ੍ਰਕਸ਼ਨ ਹੈਗੀ ਹੈ। ਹਾਂਜੀ ਹਾਂ, ਕਿ ਬਿਲਕੁਲ ਵੈਪਨ ਨਾਟ ਅਲਾਊਡ, ਹੁਣ ਕੋਈ ਅੰਦਰ ਕਿਸੇ 'ਚ ਪਾ ਕੇ ਲਿਆ ਅਤੇ ਇਟ ਵਿਲ। ਹੁਣ ਕੀ ਕਾਰਵਾਈ ਹੋ ਰਹੀ ਹੈ? ਨਹੀਂ ਕਾਰਵਾਈ ਹੈਗੀ, ਹੁਣ ਪੁਲਿਸ ਆਈ ਹੈ, ਹੁਣ ਉਹਨਾਂ ਦੇ ਜਿਹੜੇ ਔਰਗਨਾਈਜ਼ਰ ਸੀ ਉਹਨਾਂ ਕੋਲ ਪੁੱਛ ਰਹੇ ਨੇ ਕਿ ਇਹ ਤੁਹਾਡਾ ਇਨਵਾਈਟ ਹੀ ਸੀ, ਉਹ ਕੁਝ ਦੱਸਣ ਨੂੰ ਤਿਆਰ ਹੀ ਨਹੀਂ। ਅਸੀਂ ਮੌਕੇ 'ਤੇ ਪਹੁੰਚੇ ਹੋਏ ਹਾਂ, ਹਾਲੇ ਤੱਕ ਇਹ ਪਤਾ ਲੱਗਿਆ ਦੋ ਬੰਦੇ ਜਿਹੜੇ ਇੰਜਰਡ ਹੋਏ ਸੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਅਪੋਲੋ ਹਸਪਤਾਲ 'ਚ, ਅਤੇ ਬਾਕੀ ਹਾਲਾਤ ਦਾ ਜਾਇਜ਼ਾ ਲੈ ਰਹੇ ਹਾਂ, ਫੁੱਲ CCTV ਫੁਟੇਜ ਚੈੱਕ ਕਰ ਰਹੇ ਹਾਂ, ਜੋ ਕਾਰਵਾਈ ਹੋਏਗੀ। ਵਿਵੇਕ ਢਾਲ ਅਤੇ ਸੰਜੇ ਸੈਣੀ ਦੀ ਰਿਪੋਰਟ, ਦੈਨਿਕ ਸਵੇਰਾ TV। ਦੈਨਿਕ ਸਵੇਰਾ ਇਸ ਵਾਰ ਨਿਕਲਿਆ ਇੱਕ ਅਜਿਹੇ ਪੈਂਡੇ 'ਤੇ ਜਿੱਥੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਰਿਵਾਰ ਸਮੇਤ ਚਾਲੇ ਪਾਏ, ਜਿੱਥੇ ਘਮਾਸਾਨ ਜੰਗਾਂ ਹੋਈਆਂ, ਜਿੱਥੇ ਪਰਿਵਾਰ ਦਾ ਵਿਛੋੜਾ ਪੈ ਗਿਆ। ਜਿੱਥੇ 10 ਲੱਖ ਫੌਜਾਂ ਦੇ ਨਾਲ ਲੜਦਿਆਂ ਵੱਡੇ ਸਾਹਿਬਜ਼ਾਦੇ ਤੇ 40 ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਜਿਨ੍ਹਾਂ ਰਾਹਾਂ ਤੇ ਦਾਦੀ ਮਾਂ ਦੇ ਨਾਲ ਚੱਲਦਿਆਂ ਛੋਟੇ ਸਾਹਿਬਜ਼ਾਦਿਆਂ ਦਾ ਅਡੋਲ ਸਿਦਕ ਪੋ ਦੀਆਂ ਠੰਡੀਆਂ ਰਾਤਾਂ ਵੀ ਮੱਠੀਆਂ ਕਰ ਗਿਆ। ਸੋ ਦੇਖਣਾ ਨਾ ਭੁੱਲਣਾ ਸ਼ਹੀਦੀ ਪੈਂਡੇ ਦੀਆਂ ਉਹ 6 ਰਾਤਾਂ, ਜਿਸਨੇ ਸਿੱਖ ਕੌਮ ਦੇ ਵਿੱਚ ਇੱਕ ਵਿਲੱਖਣ ਇਤਿਹਾਸ ਸਿਰਜ ਦਿੱਤਾ। ਸਿਰਫ ਤੇ ਸਿਰਫ ਦੈਨਿਕ ਸਵੇਰਾ ਤੇ ਹਰ ਰੋਜ਼ ਸਵੇਰੇ 8 ਵਜੇ।